ਹਾਦਸੇ 'ਚ ਪਰਿਵਾਰ ਦੇ 6 ਜੀਆਂ ਦੀ ਹੋਈ ਦਰਦਨਾਕ ਮੌਤ। ਇੱਕੋ ਝਟਕੇ 'ਚ ਉੱਜੜ ਗਿਆ ਸਾਰਾ ਪਰਿਵਾਰ। ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਆ ਰਹੇ ਸੀ ਵਾਪਿਸ। ਖੜੇ ਟਰੱਕ 'ਚ ਪਿੱਛੋਂ ਵੱਜੀ ਤੇਜ਼ ਰਫ਼ਤਾਰ ਕਾਰ। ਹਾਦਸੇ 'ਚ ਗੱਡੀ ਦੇ ਵੀ ਉੱਡ ਗਏ ਪਰ ਖੱਚੇ। ਇੱਕ ਸੜਕ ਦੁਰਘਟਨਾ ਦੇ ਵਿੱਚ ਇੱਕੋ ਹੀ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ ਹੈ, ਜਿਸ ਦੇ ਕਾਰਨ ਸਾਰਾ ਹੀ ਪਰਿਵਾਰ ਉੱਜੜ ਗਿਆ। ਤਾਂ ਦੱਸੀਏ ਕਿ ਇੱਕ ਖੜੇ ਟਰੱਕ ਦੇ ਵਿੱਚ ਇਹਨਾਂ ਦੀ ਕਾਰ ਜਾ ਕੇ ਵੱਜਦੀ ਹੈ, ਅਤੇ ਜਿਸ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ ਹੈ। ਤਾਂ ਦੇਰ ਰਾਤ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਸਾਰਾ ਹੀ ਪਰਿਵਾਰ ਉੱਜੜ ਗਿਆ। ਹਾਲਾਂਕਿ ਇੱਕ ਛੋਟੀ ਜਿਹੀ ਮਾਸੂਮ ਬੱਚੀ ਜੋ ਕਿ ਕਾਫ਼ੀ ਜ਼ਖਮੀ ਹੋਈ ਹੈ, ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦਰਅਸਲ ਜਾਣਕਾਰੀ ਅਨੁਸਾਰ ਇੱਕ ਸਿਆਸ ਗੱਡੀ ਜਦੋਂ ਰਾਤ ਦੇ ਸਮੇਂ ਜਾ ਰਹੀ ਸੀ, ਤਾਂ ਅਚਾਨਕ ਹੀ ਕਿਹਾ ਜਾ ਰਿਹਾ ਕਿ ਸਪੀਡ ਤੇਜ਼ ਹੋਣ ਦੇ ਕਾਰਨ ਸਿੱਧਾ ਹੀ ਖੜ੍ਹੇ ਟਰੱਕ ਦੇ ਪਿੱਛੇ ਜਾ ਵੱਜੀ, ਜਿਸ ਦੇ ਕਾਰਨ ਗੱਡੀ ਜੋ ਹੈ ਟਰੱਕ ਦੇ ਅੰਦਰ ਵੜ ਜਾਂਦੀ ਹੈ, ਅਤੇ ਇਸ ਹਾਦਸੇ ਦੇ ਵਿੱਚ 6 ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੱਡੀ ਦਾ ਅਗਲਾ ਹਿੱਸਾ ਬਿਲਕੁਲ ਹੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ, ਅਤੇ ਇਸ ਹਾਦਸੇ ਦੇ ਵਿੱਚ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ ਹੈ। ਤਾਂ ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਹ ਪਰਿਵਾਰ ਜੋ ਹੈ ਇੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜਾ ਰਿਹਾ ਸੀ, ਪਰ ਅਚਾਨਕ ਹੀ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਗਿਆ। ਤਾਂ ਉੱਥੇ ਹੀ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਇੱਕੋ ਹੀ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ ਹੈ, ਜਦਕਿ ਇੱਕ ਬੱਚੀ ਜੋ ਹੈ ਗੰਭੀਰ ਰੂਪ ਨਾਲ ਜ਼ਖਮੀ ਹੋਈ ਦੱਸੀ ਜਾ ਰਹੀ ਹੈ। ਤਾਂ ਗੱਡੀ ਜੋ ਹੈ ਸਿਆਸ, ਉਸਦਾ ਹਾਲ ਦੇਖਿਆ ਜਾ ਸਕਦਾ ਅੱਗੋਂ ਬਿਲਕੁਲ ਹੀ ਬੁਰੇ ਤਰੀਕੇ ਦੇ ਨਾਲ ਚਕਨਾ ਚੂਰ ਹੋ ਗਈ ਹੈ। ਸੜਕ ਹਾਦਸਾ ਇਹ ਬੀਕਾਨੇਰ ਤੋਂ ਵੀ 100 ਕਿਲੋਮੀਟਰ ਦੂਰ ਮਹਾਜਨ ਖੇਤਰ ਦੇ ਵਿੱਚ ਵਾਪਰਿਆ, ਜਿੱਥੇ ਕਿ ਇੱਕ ਖੜ੍ਹੇ ਟਰੱਕ ਦੇ ਵਿੱਚ ਇਹ ਸਿਆਸ ਗੱਡੀ ਜਾ ਟਕਰਾਈ ਹੈ। ਤਾਂ ਆਏ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਕਿਹਾ ਜਾ ਰਿਹਾ ਹੈ ਕਿ ਜਦੋਂ ਮੌਕੇ ਦੇ ਉੱਤੇ ਲੋਕ ਪਹੁੰਚੇ, ਤਾਂ ਸਾਰੇ ਹੀ ਇੱਕੋ ਗੱਡੀ ਦੇ ਵਿੱਚ ਇਹ ਸਾਰੇ ਫਸੇ ਹੋਏ ਸੀ। ਹਾਲਾਂਕਿ ਜਿਸ ਦੇ ਵਿੱਚੋਂ ਤੀ ਕਈ ਲੋਕਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ, ਅਤੇ ਕਈਆਂ ਦੇ ਸਾਹ ਚੱਲਦੇ ਸੀ, ਅਤੇ ਮੌਕੇ 'ਤੇ ਪਹੁੰਚੇ ਲੋਕਾਂ ਦੇ ਵੱਲੋਂ ਐਂਬੂਲੈਂਸ ਨੂੰ ਬੁਲਾਇਆ ਜਾਂਦਾ, ਅਤੇ ਐਂਬੂਲੈਂਸ ਦੇ ਵਿੱਚ ਪਾ ਕੇ ਇਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ। ਪਰ ਇੰਨੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 6 ਲੋਕ ਦਮ ਤੋੜ ਗਏ ਸੀ, ਅਤੇ ਇੱਕ ਛੋਟੀ ਜਿਹੀ ਬੱਚੀ ਗੰਭੀਰ ਰੂਪ ਨਾਲ ਜ਼ਖਮੀ ਦੱਸੀ ਜਾ ਰਹੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਜੋ ਅੱਗੇ 2 ਸ਼ਖਸ ਬੈਠੇ ਸੀ, ਉਹ ਸ਼ੀਸ਼ਾ ਤੋੜ ਕੇ ਵਿੱਚੋਂ ਬਾਹਰ ਨਿਕਲਦੇ ਨੇ, ਅਤੇ ਸੜਕ 'ਤੇ ਜਾ ਕੇ ਡਿੱਗ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਦਾ ਸਿਰ ਸੜਕ ਦੇ ਨਾਲ ਵੱਜਦਾ, ਅਤੇ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਜਦਕਿ ਇਸ ਕਾਰ ਦੇ ਵਿੱਚ 5 ਸਵਾਰ ਬੁਰੇ ਤਰੀਕੇ ਦੇ ਨਾਲ ਫਸ ਜਾਂਦੇ ਨੇ, ਅਤੇ ਕਾਰ ਨੂੰ ਕਟਰ ਦੀ ਮਦਦ ਦੇ ਨਾਲ ਕੱਟ ਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ।